ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਹਰਦੀਪ ਸਿੰਘ ਨਿੱਜਲ ਕਤਲਕਾਂਡ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ। ਪੁਲਿਸ ਨੇ 22 ਸਾਲਾਂ ਅਮਨਦੀਪ ਸਿੰਘ ਨੂੰ ਦੱਸਿਆ ਹੈ ਫਸਟ ਡਿਗਰੀ ਕਤਲ ਦਾ ਦੋਸ਼ੀ। ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ ਨਿਊਯਾਰਕ 'ਚ ਸਥਿਤ ਭਾਰਤੀ ਦੂਤਘਰ। ਛੁੱਟੀ ਵਾਲੇ ਦਿਨ ਹੋਣਗੇ ਸਿਰਫ ਐਮਰਜੈਂਸੀ ਕੰਮ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕੱਚੇ ਕਾਮਿਆਂ ਤੇ ਨਿਵਾਸੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ। ਹੱਲ ਨਾ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਖਾਧੀ ਸਹੁੰ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਲਗਰੀ ਵਿੱਚ ਵਿਸਾਖੀ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਸਿੱਖ ਪਰੇਡ ਮਾਰਟਿਨਡੇਲ ਦੇ ਉੱਤਰ ਪੂਰਬੀ ਭਾਈਚਾਰੇ ਦੇ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰੇ ਤੋਂ ਸ਼ੁਰੂ ਹੋਈ ਅਤੇ ਪ੍ਰੈਰੀ ਵਿੰਡਸ ਪਾਰਕ 223 ਕੈਸਲ ਰਿਜ ਬੁਲਵਾਰਡ ਨੌਰਥ ਈਸਟ ਤੱਕ ਪਹੁੰਚੀ। ਇਸ ਮੌਕੇ ਛਬੀਲ ਦੇ ਨਾਲ ਨਾਲ ਹੋਰ ਵੀ ਕਈ ਵੰਨ ਸੁਵੰਨੀ ਲੰਗਰ ਲਗਾਏ ਗਏ। ਕੈਲਗਰੀ ਪੁਲਿਸ ਨੇ ਵੀ ਨਗਰ ਕੀਰਤਨ ਵਿੱਚ ਹਿੱਸਾ ਲਿਆ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਸਿੱਖ ਧਰਮ ਦੇ ਜਸ਼ਨ ਵਿਸਾਖੀ ਨੂੰ ਮਨਾਉਣ ਲਈ 24ਵੇਂ ਨਗਰ ਕੀਰਤਨ ਲਈ ਸ਼ਨੀਵਾਰ ਨੂੰ ਉੱਤਰ ਪੂਰਬੀ ਕੈਲਗਰੀ ਦੇ ਵਿੱਚ ਹਜ਼ਾਰਾਂ ਸਿੱਖ ਇਕੱਠੇ ਹੋਏ। ਕੁਝ ਅਨੁਮਾਨਾਂ ਦੇ ਅਨੁਸਾਰ ਪੂਰੇ ਕੈਲਗਰੀ ਖੇਤਰ ਅਤੇ ਅਲਬਰਟਾ ਭਰ ਦੇ 1.5 ਲੱਖ ਸਿੱਖਾਂ ਦੀ ਗਿਣਤੀ ਫਾਲਕੋਨ ਰਿਜ ਅਤੇ ਕੈਸਲ ਰਿਜ ਅਤੇ ਪ੍ਰੇਰੀ ਵਿੰਡ ਪਾਰਕ ਵਿੱਚ ਪਰੇਡ ਦੇ ਰਸਤੇ ਨੂੰ ਰੰਗੀਨ ਢੰਗ ਦੇ ਨਾਲ ਲਾਈਨਿੰਗ ਕਰਦੇ ਹੋਏ ਵਿਖਾਈ ਦਿੱਤੀ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਅਨੁਸਾਰ ਵਿਸਾਖੀ, ਜੋ ਰਵਾਇਤੀ ਤੌਰ 'ਤੇ ਮੱਧ ਅਪ੍ਰੈਲ ਦੇ ਵਿੱਚ ਮਨਾਇਆ ਜਾਂਦਾ ਹੈ, ਖਾਲਸ ਦੀ ਸਥਾਪਨਾ ਨੂੰ ਦਰਸਾਉਂਦਾ ਹੈ ਅਤੇ ਅਕਸਰ ਇਸ ਨੂੰ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਨਗਰ ਕੀਰਤਨ ਪਰੇਡਾਂ ਦੀ ਅਗਵਾਈ 5 ਪਿਆਰੇ ਜਾਂ ਖਾਲਸਾ ਦੇ ਮੈਂਬਰ ਬਣਨ ਵਾਲੇ ਪਹਿਲੇ 5 ਸਿੱਖਾਂ ਦੁਆਰਾ ਕੀਤੀ ਗਈ। ਉਹਨਾਂ ਦੇ ਪਿੱਛੇ ਆਮ ਤੌਰ 'ਤੇ ਸਿੱਖ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਸੀਗਾ। ਵਾਰਡ 5 ਕੈਲਗਰੀ ਦੇ ਸਿਟੀ ਕੌਂਸਲਰ ਰਾਜ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਯਾਦ ਹੈ ਜਦੋਂ 1999 ਵਿੱਚ ਕੈਲਗਰੀ ਵਿੱਚ ਪਰੇਡ ਸ਼ੁਰੂ ਹੋਈ ਸੀ। ਅਸਲ ਵਿੱਚ ਇਹ 25ਵਾਂ ਸਾਲ ਹੈ ਜਿਸ ਸਾਲ ਇਹ ਨਗਰ ਕੀਰਤਨ ਕੀਤਾ ਗਿਆ, ਪਰ ਵਿੱਚੋਂ ਇੱਕ ਸਾਲ ਇਹ ਪਰੇਡ ਰੱਦ ਕੀਤੀ ਗਈ, ਜਿਸ ਲਈ ਇਸ ਨੂੰ 24ਵੀਂ ਨਗਰ ਕੀਰਤਨ ਪਰੇਡ ਵਜੋਂ ਜਾਣਿਆ ਜਾਂਦਾ ਹੈ ਅਤੇ ਪਹਿਲੇ ਸਾਲ ਵਿੱਚ ਧਾਲੀਵਾਲ ਨੂੰ ਸਿਰਫ 10,000 ਦੇ ਕਰੀਬ ਸਿੱਖ ਹੀ ਇਸ ਨਗਰ ਕੀਰਤਨ ਦੇ ਵਿੱਚ ਇਕੱਠੇ ਹੋਏ ਦਿਖੇ ਸਨ ਅਤੇ ਹੁਣ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੋ ਗਈ ਹੈ। ਧਾਲੀਵਾਲ ਦਾ ਕਹਿਣਾ ਹੈ ਕਿ ਇਹ ਸੱਚਮੁੱਚ ਮਹੱਤਵਪੂਰਨ ਹੈ ਕਿਉਂਕਿ ਇਹ ਨਾ ਸਿਰਫ ਖਾਲਸੇ ਦੇ ਜਨਮ ਦਾ ਜਸ਼ਨ ਹੈ ਜੋ ਕਿ ਸਿੱਖ ਕੌਮ ਲਈ ਬਹੁਤ ਨੇੜੇ ਅਤੇ ਪਿਆਰਾ ਹੈ, ਸਗੋਂ ਤੁਸੀਂ ਵੇਖ ਸਕਦੇ ਹੋ ਕਿ ਹਰ ਵਰਗ ਦੇ ਲੋਕ, ਸਾਰੇ ਧਰਮਾਂ, ਆਕਾਰਾਂ, ਸੱਭਿਆਚਾਰਾਂ ਦੇ ਲੋਕ ਇੱਥੇ ਆਉਂਦੇ ਨੇ ਅਤੇ ਵਿਭਿੰਨ ਤਿਉਹਾਰਾਂ ਦਾ ਜਸ਼ਨ ਮਨਾਉਂਦੇ ਨੇ। ਪ੍ਰੇਰੀ ਵਿੰਡ ਪਾਰਕ ਵਿੱਚ ਦਰਜਨਾਂ ਬੂਥ ਸਥਾਪਿਤ ਕੀਤੇ ਗਏ ਸਨ ਅਤੇ ਬਹੁਤ ਸਾਰੇ ਮੁਫ਼ਤ ਭੋਜਨ ਅਤੇ ਪੀਣ ਵਾਲੇ ਪਦਾਰਥ ਵੰਡੇ ਗਏ ਸਨ। ਇਸ ਮੌਕੇ ਕਿਤੇ ਛਬੀਲ ਦਾ ਲੰਗਰ ਲਗਾਇਆ ਗਿਆ ਸੀ ਅਤੇ ਕਿਤੇ ਵੰਨ ਸੁਵੰਨੇ ਪਕੌੜਿਆਂ ਦਾ। ਪਾਰਕ ਵਿੱਚ ਬੱਚਿਆਂ ਲਈ ਗਤੀਵਿਧੀਆਂ ਅਤੇ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਧਾਲੀਵਾਲ ਦਾ ਕਹਿਣਾ ਸੀ ਕਿ ਨਗਰ ਕੀਰਤਨ ਪਰੇਡ ਅਲਬਰਟਾ ਵਿੱਚ ਕੈਲਗਰੀ ਸਟੈਂਪੀਡ ਪਰੇਡ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਰੇਡ ਹੈ। ਮੇਅਰ ਜੋਤੀ ਗੰਡੋਕ ਇਸ ਸਾਲ ਦੇ ਜਸ਼ਨ ਲਈ ਬਹੁਤ ਉਤਸ਼ਾਹਿਤ ਸੀ। ਉਹਨਾਂ ਦਾ ਕਹਿਣਾ ਸੀ ਕਿ ਬਿਹਤਰ ਮੌਸਮ ਦਾ ਫਾਇਦਾ ਉਠਾਉਣ ਲਈ ਇਵੈਂਟ ਮਈ ਵਿੱਚ ਕੈਲਗਰੀ ਵਿੱਚ ਤਬਦੀਲ ਕੀਤਾ ਗਿਆ ਅਤੇ ਸ਼ਨੀਵਾਰ ਨੂੰ ਹੋਇਆ। ਸਲਾਨਾ ਨਗਰ ਕੀਰਤਨ ਪਰੇਡ ਨੇ ਉੱਤਰ ਪੂਰਬੀ ਕੈਲਗਰੀ ਦੀਆਂ ਕਈ ਸੜਕਾਂ ਸ਼ਨੀਵਾਰ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤੀਆਂ ਸਨ ਕਿਉਂਕਿ ਇੱਥੇ ਸਿੱਖ ਧਰਮ ਦੇ ਲੋਕ ਵਿਸਾਖੀ ਦਾ ਜਸ਼ਨ ਮਨਾ ਰਹੇ ਸਨ। ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਇਹ ਪਰੇਡ ਸ਼ੁਰੂ ਹੋਈ ਸੀ ਅਤੇ ਇਸ ਮੌਕੇ ਤੇ ਕੈਲਗਰੀ ਪੁਲਿਸ ਰਿਕਰੂਟਮੈਂਟ ਟੀਮ ਵੀ ਸ਼ਾਮਿਲ ਹੋਣ ਵਾਸਤੇ ਪਹੁੰਚੀ ਹੋਈ ਸੀ, ਜਿੱਥੇ ਕੈਲਗਰੀ ਪੁਲਿਸ ਰਿਕਰੂਟਮੈਂਟ ਟੀਮ ਨੇ ਨੌਜਵਾਨਾਂ ਨੂੰ ਪੁਲਿਸ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਣਾ ਦਿੱਤੀ।
ਦੂਜੇ ਪਾਸੇ ਇਸ ਨੂੰ ਨੋ ਡਰੋਨ ਏਰੀਆ ਦੱਸਿਆ ਗਿਆ। ਪਾਵਨ ਨਗਰ ਕਿਰਦੇ ਤੇ ਉੱਪਰ ਕਿਸੇ ਤਰ੍ਹਾਂ ਦੇ ਡਰੋਨ ਨੂੰ ਉਡਾਉਣ ਦੀ ਇਜਾਜ਼ਤ ਦੀ ਮਨਾਹੀ ਦੱਸੀ ਗਈ ਸੀ। ਕੁਝ ਸੜਕਾਂ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਅਜਿਹੇ ਵਿੱਚ ਲੱਖਾਂ ਹਜ਼ਾਰਾਂ ਸਿੱਖਾਂ ਦਾ ਇਕੱਠ ਵੇਖਣ ਨੂੰ ਮਿਲਿਆ। ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ। ਗੱਤਕੇ ਦੇ ਜਾਹੋ ਜਲਾਲ ਵੀ ਵਿਖਾਏ ਗਏ। ਹਰ ਉਮਰ ਦੇ ਬੱਚੇ ਅਤੇ ਨੌਜਵਾਨ ਬਜ਼ੁਰਗ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਲਈ ਪਹੁੰਚੇ ਹੋਏ ਸਨ। ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਗਿਆ, ਜਿੱਥੇ ਨਾ ਕੇਵਲ ਸਿੱਖ ਧਰਮ ਦੇ ਬਲਕਿ ਹਿੰਦੂ ਅਤੇ ਹੋਰ ਧਰਮ ਦੇ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਨਗਰ ਕੀਰਤਨ ਨੂੰ ਸਿੱਖਾਂ ਨੇ ਮਿਲ ਕੇ ਸਫਲ ਬਣਾਇਆ ਅਤੇ ਭਾਂਤ ਭਾਂਤ ਦੇ ਲੰਗਰ ਵੀ ਵਰਤਾਏ ਗਏ। ਸਿਟੀ ਆਫ ਬ੍ਰੈਂਪਟਨ ਨੇ T20 ਵਰਲਡ ਕੱਪ ਦੀ ਟਰਾਫੀ ਰਿਵੀਲ ਕਰਨ ਲਈ ਕੇਨ ਵਿਲਨਸ ਸਕੁਏਅਰ ਵਿਖੇ ਇੱਕ ਇਵੈਂਟ ਦਾ ਆਯੋਜਨ ਕੀਤਾ ਸੀ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਆਪਣੇ ਮਨਪਸੰਦ ਕ੍ਰਿਕਟ ਖਿਡਾਰੀਆਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਮੌਕੇ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਵੀ ਮੌਜੂਦ ਸਨ। ਨਾਲ ਹੀ ਬ੍ਰੈਂਪਟਨ ਦੇ ਮੇਅਰ ਅਤੇ ਕਾਉਂਸਲਰਸ ਨੇ ਵੀ ਇਵੈਂਟ ਦੇ ਵਿੱਚ ਸ਼ਿਰਕਤ ਕੀਤੀ। ਦੱਸ ਦਈਏ ਕਿ 1 ਜੂਨ ਨੂੰ USA ਦੀ ਟੀਮ ਦੇ ਨਾਲ ਹੋਣ ਵਾਲੇ ਮੈਚ ਵਾਸਤੇ ਕੈਨੇਡੀਅਨ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਕ੍ਰਿਕਟ ਕੈਨੇਡਾ ਦੇ ਨਾਲ ਸਾਂਝੇਦਾਰੀ ਕਰਦਿਆਂ ਹੋਇਆਂ ਸਿਟੀ ਆਫ ਬ੍ਰੈਂਪਟਨ ਨੇ T20 ਵਿਸ਼ਵ ਕੱਪ ਦੀ ਟਰਾਫੀ ਬ੍ਰੈਂਪਟਨ ਵਿੱਚ ਲਿਆਂਦੀ, ਜਿੱਥੇ ਕੇਨ ਵਿਲਨਸ ਸਕੁਏਅਰ ਦੇ ਵਿਖੇ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਜੂਨ ਵਿੱਚ ਹੋਣ ਵਾਲੇ ICC T20 ਮੈਨ ਵਰਲਡ ਕੱਪ ਟੂਰਨਾਮੈਂਟ ਤੋਂ ਪਹਿਲਾਂ ਟੀਮ ਕੈਨੇਡਾ ਦੀ ਅਧਿਕਾਰਿਤ ਰਵਾਨਗੀ ਦੇ ਵਿੱਚ ਹਿੱਸਾ ਲਿਆ। ਹਜ਼ਾਰਾਂ ਲੋਕਾਂ ਨੇ T20 ਵਿਸ਼ਵ ਕੱਪ ਟਰਾਫੀ ਦੇ ਨਾਲ ਤਸਵੀਰ ਖਿਚਾਈ ਅਤੇ ਟੀਮ ਕੈਨੇਡਾ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਿਲਣ ਦਾ ਇੱਕ ਮੌਕਾ ਵੀ ਪ੍ਰਾਪਤ ਕੀਤਾ। ਇਸ ਮੌਕੇ ਟੀਮ ਕੈਨੇਡਾ ਦੇ ਮੈਨ ਅਤੇ ਵੁਮੈਨ ਟੀਮ ਦੇ ਜੈਰਮੀ ਗੋਰਡਨ, ਨਿਕੋਲਸ ਕਰਟਨ, ਰਿਆਨ ਖਾਨ ਪਠਾਨ, ਸਾਦਵਿਨ ਜ਼ਫਰ, ਐਰੋਨ ਓਰਲੈਂਡੋ ਜੌਨਸਨ, ਦਿਲਪ੍ਰੀਤ ਸਿੰਘ ਬਾਜਵਾ, ਰਵਜੋਤ ਰਾਜਪੂਤ, ਸਨੀਆ ਜ਼ੀਆ, ਅਚਨੀ ਪਰੇਰਾ ਮੌਜੂਦ ਸਨ। ਇਸ ਮੌਕੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਲੱਖਾਂ ਹੀ ਲੋਕ ਕੇਨ ਵਿਲਨਸ ਸਕੁਏਅਰ ਦੇ ਵਿਖੇ ਇਕੱਠੇ ਹੋ ਗਏ ਅਤੇ ਇਸ ਮੌਕੇ ਬ੍ਰੈਂਪਟਨ ਦੇ ਮੇਅਰ ਦੇ ਨਾਲ ਨਾਲ ਕੌਂਸਲਰ ਅਤੇ ਕ੍ਰਿਕਟ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਇਸ ਇਵੈਂਟ ਦੇ ਵਿੱਚ ਹਿੱਸਾ ਲਿਆ। ਸਿਟੀ ਆਫ ਬ੍ਰੈਂਪਟਨ ਨੂੰ ਕੈਨੇਡਾ ਦੀ ਕ੍ਰਿਕਟ ਰਾਜਧਾਨੀ ਹੋਣ 'ਤੇ ਮਾਣ ਹੈ ਅਤੇ ਬ੍ਰੈਂਪਟਨ 'ਤੇ ਪੂਰੀ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਸਤੇ ਇਹ ਕ੍ਰਿਕਟ ਦੇ ਵਿੱਚ ਹੋਰ ਨਵੀਆਂ ਵਚਨਬੱਧਤਾਵਾਂ ਨੂੰ ਪ੍ਰਗਟਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਮੌਕੇ ਮੌਜੂਦ ਵੱਡੀਆਂ ਵੱਡੀਆਂ ਸ਼ਖਸੀਅਤਾਂ ਦਾ ਕੀ ਕਹਿਣਾ ਸੀ, ਆਓ ਸੁਣਦੇ ਹਾਂ। ਅੱਜ ਇੱਥੇ ਟਰਾਫੀ ਵਰਲਡ ਕੱਪ ਦੀ ਟਰਾਫੀ ਇਹ ਅਨਵੇਲ ਹੋ ਰਹੀ ਹੈ ਬ੍ਰੈਂਪਟਨ ਸਿਟੀ ਦੇ ਵਿੱਚ, ਸਿਟੀ ਹਾਲ ਦੇ ਵਿੱਚ, ਐਂਡ ਕਾਫੀ ਲਾਈਨਅਪ ਲੱਗੀ ਹੈ ਉੱਥੇ ਫੋਟੋ ਖਿਚਾਉਣ ਲਈ। ਐਂਡ ਆਲਸੋ ਕ੍ਰਿਕਟ ਕੈਨੇਡਾ ਐਜ਼ ਅ ਪ੍ਰੈਜ਼ੀਡੈਂਟ ਵੀ ਆਰ ਵੈਰੀ ਐਕਸਾਈਟਡ ਕਿ ਵਰਲਡ ਕੱਪ T20 ਸ਼ਮੂਲੀਅਤ ਹੋ ਰਹੀ ਹੈ ਐਂਡ ਲੁਕਿੰਗ ਫਾਰਵਰਡ ਟੂ ਇਟ। ਐਂਡ ਆਲਸੋ ਪਿਛਲੇ ਸਾਲ ਸਾਨੂੰ ODI ਸਟੇਟਸ ਵੀ ਮਿਲ ਗਿਆ ਸੀ, ਉਹਦੇ ਵਿੱਚ ਪਿਛਲੇ 2-3 ਸਾਲ ਤੋਂ ਕ੍ਰਿਕਟ ਕਾਫੀ ਇੱਥੇ ਜ਼ੋਰੋ ਸ਼ੋਰ 'ਚ ਹੋ ਰਹੀ ਹੈ। ਕਾਫੀ ਲੋਕ ਨਿਊ ਕਮਰ ਲਾਈਕ ਨਿਊ ਇਮੀਗ੍ਰੈਂਟਸ ਆ ਰਹੇ ਨੇ, ਉਹ ਕਾਫੀ ਸ਼ਮੂਲੀਅਤ ਕਰ ਰਹੇ ਨੇ ਇਹਦੇ ਵਿੱਚ। Hey everyone, I'm Regional Councillor Rowena Santos and Chair of Community Services. It's an absolute honor and joy to be welcoming the World Cup here to the city of Brampton and also celebrate the incredible cricket players from the ICC team. You know what? There is a reason why Brampton is called the cricket capital of Canada. It's because we are not only developing the talent here in our city, but we're also meeting the demand in the growing sport by investing in the many cricket amenities that are necessary. For example, all the incredible lit cricket fields, investing in youth cricket with youth cricket pitches and a new youth cricket league
league, we're developing our talent, our amenities, and celebrating this incredible sport. ਅੱਜ ਇੱਥੇ ਹਾਂ ਤੁਹਾਡੇ ਸਾਹਮਣੇ ਦਰਸ਼ਕਾਂ ਦੇ ਰੂਬਰੂ ਹੋ ਕੇ। ਇਹ ਆਪਣੀ ਬਹੁਤ ਵੱਡਾ ਮੌਕਾ ਹੈ ਸਾਡੇ ਲਈ, ਜਿਹੜੀ ਅੱਜ ਵਰਲਡ ਕੱਪ ਦੀ ਜਿਹੜਾ ਆਪਣੇ ਨੈਕਸਟ ਵਰਲਡ ਕੱਪ T20 ਜਿਹੜਾ ਅਮੈਰੀਕਾ ਅਤੇ ਕਰੀਬੀਅਨ ਕੰਟਰੀਜ਼ 'ਚ ਹੋਣ ਜਾ ਰਿਹਾ। ਅੱਜ ਉਹਦੀ ਬ੍ਰੈਂਪਟਨ ਸਿਟੀ ਦੇ ਵਿੱਚ ICC ਵਰਲਡ ਕੱਪ ਟਰਾਫੀ ਦਾ ਟੂਰ ਸੀਗਾ, ਉਹ ਉੱਥੇ ਆਏ ਨੇ। ਸਿਟੀ ਆਫ ਬ੍ਰੈਂਪਟਨ ਦਾ ਮੈਂ ਉਹਨਾਂ ਦੇ ਮੇਅਰ ਦਾ ਪੈਟ੍ਰਿਕ ਬ੍ਰਾਊਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ, ਅਤੇ ਮੈਂ ICC ਦਾ ਵੀ ਧੰਨਵਾਦੀ ਹਾਂ ਜਿਹੜਾ ਕਿ ਉਹਨਾਂ ਨੇ ਵਰਲਡ ਕੱਪ ਦੀ ਟਰਾਫੀ ਦਾ ਜਿਹੜਾ ਟੂਰ ਹੈ ਉਹ ਕੈਨੇਡਾ ਦੇ ਵਿੱਚ ਰੱਖਿਆ। ਇਹ ਸਾਡੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਅਸੀਂ ਮਾਣ ਕਰਦੇ ਹਾਂ ਆਪਣੇ ਨੈਸ਼ਨਲ ਸਕੁਆਡ 'ਤੇ, ਕੋਚਿੰਗ ਸਟਾਫ 'ਤੇ, ਜਿਨ੍ਹਾਂ ਨੇ ਸਾਨੂੰ ਪਿਛਲੇ ਕੁਝ ਸਾਲਾਂ ਤੋਂ ਹਮੇਸ਼ਾ ਹੀ ODI ਸਟੇਟਸ ਨੂੰ ਰੀਗੇਨ ਕੀਤਾ। ਅਤੇ ਦੂਜਾ T20 ਵਰਲਡ ਕੱਪ ਜਿਹੜਾ ਪਹਿਲੀ ਵਾਰੀ ਜੋ ਆਪਾਂ ਜਿਹੜਾ ਕੁਆਲੀਫਾਈ ਕੀਤਾ, ਅਸੀਂ ਉਹਨਾਂ 'ਤੇ ਮਾਣ ਕਰਦੇ ਹਾਂ। ਇਹ ਸਾਡੇ ਸਾਰਿਆਂ ਲਈ, ਕ੍ਰਿਕਟ ਕੈਨੇਡਾ ਦੇ ਵਿੱਚ ਸਾਰੇ ਕ੍ਰਿਕਟ ਪ੍ਰੇਮੀਆਂ ਲਈ, ਖੇਡਣ ਵਾਲਿਆਂ ਲਈ, ਸਪੋਰਟ ਸਟਾਫ ਲਈ, ਲੀਗ ਮੈਂਬਰਾਂ ਲਈ ਬਹੁਤ ਮਾਣ ਵਾਲਾ ਮੌਕਾ ਹੈ। ਅੱਜ ਦਾ ਦਿਨ ਜਿਹੜਾ ਹੈ ਇੱਕ ਆਈਕੋਨਿਕ ਇਵੈਂਟ ਹੈ, ਔਰ ਮੈਂ ਧੰਨਵਾਦੀ ਹਾਂ ਇੱਥੇ ਸਾਰੇ ਆਉਣ ਵਾਲਿਆਂ ਦਾ ਅਤੇ ਸਾਰੇ ਮੀਡੀਆ ਵਾਲਿਆਂ ਦਾ ਇਹਨੂੰ ਆ ਕੇ ਕਵਰ ਕਰਨ ਲਈ। ਯਾ, ਸੋ ਵੀ ਆਰ ਹੇਅਰ ਫੋਰ ਦ ਟਰੋਫੀ ਅਨਵੀਲਿੰਗ, ਸਪੋਰਟਿੰਗ ਟੀਮ ਕੈਨੇਡਾ ਐਂਡ ਦ ਕ੍ਰਿਕਟ ਇਨ ਕੈਨੇਡਾ ਵਿਦ ਬਟ ਆਰ ਹਾਰਟ ਸਪੋਰਟ ਇੰਡੀਆ ਆਫ ਕੋਰਸ ਬਟ ਸਟਿਲ ਗੋ ਕੈਨੇਡਾ ਗੋ। ਜ਼ਿਕਰਯੋਗ ਹੈ ਕਿ 1 ਤਰੀਕ ਨੂੰ ਹਿਊਸਟਨ, ਟੈਕਸਸ ਦੇ ਵਿਖੇ ਕੈਨੇਡਾ ਦਾ USA ਦੀ ਕ੍ਰਿਕਟ ਟੀਮ ਦੇ ਨਾਲ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ, ਅਤੇ ਇਸ ਮੈਚ ਨੂੰ ਵੇਖਣ ਵਾਸਤੇ ਕੈਨੇਡੀਅਨ ਅਤੇ USA ਦੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ, ਅਤੇ ਕੈਨੇਡੀਅਨ ਲੋਕਾਂ ਨੇ ਆਪਣੀ ਕ੍ਰਿਕਟ ਕੈਨੇਡਾ ਦੀ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ। ਵੇਖਣਾ ਇਹ ਹੋਵੇਗਾ ਕਿ 1 ਜੂਨ ਨੂੰ ਹੋਣ ਵਾਲੇ ਇਸ ਕ੍ਰਿਕਟ ਮੁਕਾਬਲੇ ਦੇ ਵਿੱਚ ਕਿਹੜਾ ਦੇਸ਼ ਬਾਜ਼ੀ ਮਾਰਦਾ ਹੈ। ਅਮਰੀਕਾ 'ਚ ਭਾਰਤੀ ਮੂਲ ਦੇ ਕਾਰੋਬਾਰੀ ਮਨੀਸ਼ ਪਟੇਲ ਨੂੰ ਪ੍ਰੇਮਿਕਾ ਦੇ ਨਾਲ ਘਿਨੌਣੀ ਹਰਕਤ ਕਰਨ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਵਿੱਚ ਲੱਖਾਂ ਡਾਲਰ ਕਮਾ ਚੁੱਕੇ ਕਾਰੋਬਾਰੀ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਮਨੀਸ਼ ਦੇ ਪ੍ਰੇਮਿਕਾ ਨੂੰ ਨਸ਼ੀਲਾ ਪਦਾਰਥ ਦੇ ਕੇ ਉਸਦਾ ਗਰਭਪਾਤ ਕਰਵਾਉਣ ਦੇ ਦੋਸ਼ ਲੱਗੇ ਨੇ। 17 ਸਾਲ ਪੁਰਾਣੇ ਮਾਮਲੇ ਵਿੱਚ ਜੇਲ੍ਹ ਗਏ ਮਨੀਸ਼ ਨੂੰ ਸਜ਼ਾ ਪੂਰੀ ਕਰਕੇ ਖਾਲੀ ਹੱਥ ਵਾਪਸ ਭਾਰਤ ਡਿਪੋਰਟ ਕੀਤਾ ਜਾਵੇਗਾ। 34 ਸਾਲ ਦੀ ਉਮਰ 'ਚ ਅਮਰੀਕਾ 'ਚ ਲੱਖਾਂ ਡਾਲਰਾਂ 'ਚ ਖੇਡਦੇ ਬਿਜ਼ਨਸਮੈਨ ਮਨੀਸ਼ ਪਟੇਲ ਨੂੰ ਆਪਣੀ ਇੱਕ ਗਲਤੀ ਭਾਰੀ ਪੈ ਗਈ ਹੈ। ਸੰਨ 2007 ਦੇ ਵਿੱਚ ਕੀਤੀ ਗਈ ਕਰਤੂਤ ਹੁਣ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਸਨੂੰ ਵੱਡੀ ਸਜ਼ਾ ਭੁਗਤਣੀ ਪੈ ਰਹੀ ਹੈ ਅਤੇ ਉਹ 2040 ਤੱਕ ਜੇਲ੍ਹ ਦੇ ਵਿੱਚ ਰਹੇਗਾ। ਇਹ ਮਾਮਲਾ 17 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਵਿਨਕਾਨਸਨ ਸੂਬੇ ਦੇ ਵਿੱਚ ਰਹਿਣ ਵਾਲੀ ਉਸਦੀ ਪ੍ਰੇਮਿਕਾ ਵੱਲੋਂ ਉਸਦੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਹੈ। ਮਨੀਸ਼ ਪਟੇਲ ਸ਼ਾਦੀਸ਼ੁਦਾ ਹੈ, ਪਰ ਉਸਦਾ 5 ਸਾਲ ਵੱਡੀ ਦਰਸ਼ਨਾ ਪਟੇਲ ਨਾਂ ਦੀ ਇੱਕ ਲੜਕੀ ਦੇ ਨਾਲ ਅਫੇਅਰ ਚੱਲ ਰਿਹਾ ਸੀ। ਮਨੀਸ਼ ਪਟੇਲ ਅਤੇ ਦਰਸ਼ਨਾ ਦਾ ਇੱਕ ਦੂਜੇ ਨਾਲ ਵਿਆਹ ਨਹੀਂ ਹੋਇਆ ਸੀ, ਪਰ ਉਹਨਾਂ ਦੋਵਾਂ ਦਾ ਇੱਕ 3 ਸਾਲ ਦਾ ਬੇਟਾ ਸੀ ਅਤੇ ਦਰਸ਼ਨਾ ਪਟੇਲ 2007 ਵਿੱਚ ਦੁਬਾਰਾ ਗਰਭਵਤੀ ਹੋ ਗਈ ਸੀ। ਹਾਲਾਂਕਿ ਮਨੀਸ਼ ਪਟੇਲ ਹੋਰ ਬੱਚਾ ਨਹੀਂ ਚਾਹੁੰਦਾ ਸੀ। ਦੋਸ਼ ਲਗਾਏ ਗਏ ਨੇ ਕਿ ਮਨੀਸ਼ ਦੀ ਪ੍ਰੇਮਿਕਾ ਦਰਸ਼ਨਾ, ਜੋ ਖੁਦ ਡਾਕਟਰ ਸੀ, ਉਸਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ 2 ਵਾਰ ਗਰਭਵਤੀ ਹੋਈ ਸੀ, ਪਰ ਦਸੰਬਰ 2006 ਅਤੇ ਸਤੰਬਰ 2007 ਵਿੱਚ ਉਸਦਾ ਗਰਭਪਾਤ ਹੋ ਗਿਆ। ਹਾਲਾਂਕਿ ਜਦੋਂ ਦਰਸ਼ਨਾ ਦਾ ਦੂਜਾ ਗਰਭਪਾਤ ਹੋਇਆ ਤਾਂ ਉਸਨੇ ਮਨੀਸ਼ ਪਟੇਲ 'ਤੇ ਗੰਭੀਰ ਦੋਸ਼ ਲਗਾਏ। ਦਰਸ਼ਨਾ ਦਾ ਦਾਅਵਾ ਹੈ ਕਿ ਮਨੀਸ਼ ਵੱਲੋਂ ਦਿੱਤੀ ਗਈ ਦਵਾਈ ਕਾਰਨ ਉਸਦਾ ਗਰਭਪਾਤ ਹੋਇਆ ਸੀ, ਅਤੇ ਆਪਣੇ ਦਾਅਵੇ ਨੂੰ ਸਹੀ ਠਹਿਰਾਉਣ ਲਈ ਉਸਨੇ ਅਦਾਲਤ ਦੇ ਵਿੱਚ ਠੋਸ ਸਬੂਤ ਪੇਸ਼ ਕੀਤੇ ਨੇ। ਸਤੰਬਰ 2007 ਵਿੱਚ ਦਰਸ਼ਨਾ ਨੇ ਗਰਭਪਾਤ ਤੋਂ 8-10 ਦਿਨ ਪਹਿਲਾਂ ਮਨੀਸ਼ ਉਸ ਲਈ ਆਈਸਕ੍ਰੀਮ ਦੀ ਦੁਕਾਨ ਤੋਂ ਸਮੂਦੀ ਲੈ ਕੇ ਆਇਆ ਸੀ, ਪਰ ਪਲਾਸਟਿਕ ਦੇ ਗਲਾਸ ਵਿੱਚ ਚਿੱਟਾ ਪਾਊਡਰ ਚਿਪਕਿਆ ਹੋਇਆ ਸੀ। ਦੇਖ ਕੇ ਦਰਸ਼ਨਾ ਨੂੰ ਸ਼ੱਕ ਹੋ ਗਿਆ। ਉਸ ਸਮੇਂ ਦਰਸ਼ਨਾ ਨੇ ਆਪਣੇ ਪੇਟ ਦਰਦ ਦਾ ਬਹਾਨਾ ਲਗਾ ਕੇ ਸਮੂਦੀ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਗਲਾਸ ਦਰਸ਼ਨਾ ਆਪਣੇ ਦਫ਼ਤਰ ਲੈ ਗਈ, ਜਿੱਥੇ ਉਸਨੇ ਲੈਬ ਟੈਸਟਿੰਗ ਲਈ ਕੈਲੀਫੋਰਨੀਆ ਭੇਜ ਦਿੱਤਾ। ਜੋ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਉਹ ਹੈਰਾਨੀਜਨਕ ਸੀ। ਮਨੀਸ਼ ਦਰਸ਼ਨਾ ਲਈ ਜੋ ਸਮੂਦੀ
ਲੈ ਕੇ ਆਇਆ ਸੀ ਉਸ ਵਿੱਚ ਆਰਯੂ 486 ਨਾਂ ਦੀ ਇੱਕ ਦਵਾਈ ਦਾ ਪਾਊਡਰ ਮਿਲਾਇਆ ਗਿਆ ਸੀ ਜੋ ਕਿ ਗਰਭਪਾਤ ਦੀ ਗੋਲੀ ਹੁੰਦੀ ਹੈ। ਭਾਵ ਮਨੀਸ਼ ਪਟੇਲ ਚਾਹੁੰਦਾ ਸੀ ਕਿ ਦਰਸ਼ਨਾ ਕਿਸੇ ਹੋਰ ਬੱਚੇ ਨੂੰ ਜਨਮ ਨਾ ਦੇਵੇ ਅਤੇ ਇਸ ਲਈ ਉਹਨੇ ਆਪਣੀ ਪ੍ਰੇਮਿਕਾ ਨੂੰ ਦੱਸੇ ਬਿਨਾਂ ਉਸਨੂੰ ਗਰਭਪਾਤ ਦੀ ਗੋਲੀ ਦੇ ਦਿੱਤੀ ਜਿਸ ਵਿੱਚ ਲੈਬ ਟੈਸਟਿੰਗ ਦੇ ਵਿੱਚ ਇਸ ਦੀ ਪੁਸ਼ਟੀ ਹੋ ਗਈ। ਦਰਸ਼ਨਾ ਨੇ ਉਸ ਮੂਦੀ ਤਾਂ ਨਹੀਂ ਪੀਤੀ ਜੋ ਮਨੀਸ਼ ਲੈ ਕੇ ਆਇਆ ਸੀ, ਪਰ ਉਸ ਘਟਨਾ ਦੇ ਇੱਕ ਜਾਂ ਦੋ ਹਫ਼ਤਿਆਂ ਦੇ ਅੰਦਰ ਉਸਦਾ ਦੂਜਾ ਗਰਭਪਾਤ ਹੋ ਗਿਆ ਸੀ ਅਤੇ ਫਿਰ ਮਨੀਸ਼ ਤੇ ਉਸਨੂੰ ਗਰਭਪਾਤ ਦੀ ਗੋਲੀ ਦੇਣ ਦੇ ਦੋਸ਼ ਲਗਾਏ ਗਏ। ਮਨੀਸ਼ ਦੇ ਖਿਲਾਫ ਆਪਣੀ ਸ਼ਿਕਾਇਤ ਵਿੱਚ ਦਰਸ਼ਨਾ ਪਟੇਲ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ 2007 ਵਿੱਚ ਤੀਜੀ ਵਾਰ ਗਰਭਵਤੀ ਹੋਈ ਤਾਂ ਮਨੀਸ਼ ਨੇ ਉਸਦਾ ਬਹੁਤ ਧਿਆਨ ਰੱਖਿਆ, ਇੱਥੋਂ ਤੱਕ ਕਿ ਉਸਦੇ ਲਈ ਖਾਣਾ ਵੀ ਬਣਾਇਆ। ਹਾਲਾਂਕਿ ਉਸਨੂੰ ਅਕਸਰ ਮਨੀਸ਼ ਦੇ ਵਿਵਹਾਰ 'ਤੇ ਸ਼ੱਕ ਸੀ। ਉਸ ਸਮੇਂ ਦਰਸ਼ਨਾ ਨੂੰ ਇਹ ਨਹੀਂ ਪਤਾ ਸੀ ਕਿ ਉਸਦਾ ਬੁਆਏਫ੍ਰੈਂਡ ਮਨੀਸ਼ ਪਟੇਲ ਉਸਦੀ ਪਿੱਠ ਪਿੱਛੇ ਕੋਈ ਵੱਡੀ ਖੇਡ ਖੇਡ ਰਿਹਾ ਹੈ। ਦਰਸ਼ਨਾ ਦੀ ਹੁਸ਼ਿਆਰੀ ਕਾਰਨ ਸਤੰਬਰ 2007 ਵਿੱਚ ਗਰਭਪਾਤ ਦੇ ਦਿਨਾਂ ਵਿੱਚ ਹੀ ਮਨੀਸ਼ ਦੀ ਖੇਡੀ ਖੇਡ ਦਾ ਕੜਾ ਫਟ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਕਿ ਦਰਸ਼ਨਾ ਨੂੰ ਮਨੀਸ਼ ਦੇ ਕੰਮ ਬਾਰੇ ਪਤਾ ਲੱਗ ਜਾਂਦਾ, ਮਨੀਸ਼ ਨੇ ਉਸਨੂੰ ਆਪਣੀ ਯੋਜਨਾ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ। ਮਨੀਸ਼ ਨੂੰ 1 ਨਵੰਬਰ 2007 ਨੂੰ ਵਿਨਕਾਸਨ ਵਿੱਚ ਆਉਟਗਾਮੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਦਰਸ਼ਨਾ ਵੱਲੋਂ ਮਨੀਸ਼ ਵਿਰੁੱਧ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਸ ਦੇ ਅਣਜੰਮੇ ਬੱਚੇ ਦੀ ਪਹਿਲੀ ਡਿਗਰੀ ਦੇ ਕਤਲ ਦੇ ਨਾਲ ਨਾਲ ਪਿੱਛਾ ਕਰਨ, ਚੋਰੀ ਕਰਨ ਅਤੇ ਰੋਕ ਲਗਾਉਣ ਦੇ ਹੁਕਮ ਦੀ ਉਲੰਘਣਾ ਕਰਨ ਦੇ ਵੀ ਦੋ ਦੋਸ਼ ਲਗਾਏ ਗਏ। ਇਸ ਕੇਸ ਦੇ ਬਾਕੀ ਦੋਸ਼ ਇੰਨੇ ਗੰਭੀਰ ਸਨ ਕਿ ਦੋਸ਼ੀ ਸਾਬਿਤ ਹੋਣ 'ਤੇ ਮਨੀਸ਼ ਨੂੰ ਲੰਬੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ ਅਤੇ ਉਸ ਵਿਰੁੱਧ ਪੇਸ਼ ਕੀਤੇ ਅਧੂਰੇ ਸਬੂਤਾਂ ਕਾਰਨ ਉਸਦੀ ਰਿਹਾਈ ਲਗਭਗ ਅਸੰਭਵ ਹੈ। ਅਮਰੀਕੀ ਰਾਜ ਵਿਨਕਾਂਸਨ ਦੇ ਕਾਨੂੰਨ ਦੇ ਅਨੁਸਾਰ ਜਿੱਥੇ ਮਨੀਸ਼ ਪਟੇਲ 'ਤੇ ਦੋਸ਼ ਲਗਾਇਆ ਗਿਆ ਸੀ ਗਰਭਵਤੀ ਔਰਤ 'ਤੇ ਹਮਲਾ ਕਰਨ ਅਤੇ ਉਸਦੇ ਅਣਜੰਮੇ ਬੱਚੇ ਨੂੰ ਸੱਟ ਜਾਂ ਮੌਤ ਦਾ ਕਾਰਨ ਬਣਨ ਵਾਲੀ ਕੋਈ ਵੀ ਕਮ ਉਮਰ ਕੈਦ ਤੱਕ ਦੀ ਸਜ਼ਾ ਯੋਗ ਹੈ। ਇਹ ਵੀ ਤੈਅ ਹੈ ਕਿ ਮਨੀਸ਼ ਜੋ 2017 ਤੋਂ ਜੇਲ੍ਹ ਦੇ ਵਿੱਚ ਹੈ ਉਸਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਜਾਵੇਗਾ। ਅਮਰੀਕਾ ਦੇ ਵਿੱਚ 34 ਸਾਲ ਦੀ ਉਮਰ ਦੇ ਵਿੱਚ ਮਨੀਸ਼ ਨੇ ਬਹੁਤ ਕਮਾਈ ਕੀਤੀ, ਪਰ ਬੁਢਾਪੇ ਦੇ ਵਿੱਚ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਵੇਗਾ ਤਾਂ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ। ਅਜਿਹੇ ਦੇ ਵਿੱਚ ਉਸਦੇ ਕੋਲ ਲੱਖਾਂ ਡਾਲਰ ਕਮਾਏ ਹੋਏ ਸੀ। ਜਦੋਂ ਬੁਢਾਪੇ ਵਿੱਚ ਉਸਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਤਾਂ ਉਸਦੇ ਹੱਥ ਖਾਲੀ ਹੋਣਗੇ। ਕੈਨੇਡੀਅਨ ਅਧਿਕਾਰੀਆਂ ਨੇ 2023 ਵਿੱਚ ਵੈਨਕੂਵਰ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਸੰਬੰਧ ਵਿੱਚ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ। 22 ਸਾਲਾਂ ਅਮਨਦੀਪ ਸਿੰਘ 'ਤੇ 2023 'ਚ ਹੋਈ ਗੋਲੀਬਾਰੀ 'ਚ ਫਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਅਮਨਦੀਪ ਸਿੰਘ ਪਹਿਲਾਂ ਤੋਂ ਹੀ ਪੁਲਿਸ ਹਿਰਾਸਤ ਦੇ ਵਿੱਚ ਹੈ। ਇਸ ਮਾਮਲੇ ਵਿੱਚ ਪਹਿਲਾਂ 3 ਭਾਰਤੀ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੋ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਅਤੇ ਅਮਨਦੀਪ ਸਿੰਘ ਚੌਥਾ ਨੌਜਵਾਨ ਹੈ। ਕੈਨੇਡਾ 'ਚ ਰਹਿਣ ਵਾਲੇ ਚੌਥੇ ਭਾਰਤੀ ਨਾਗਰਿਕ 'ਤੇ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ। ਸੂਬੇ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ 22 ਸਾਲਾਂ ਅਮਨਦੀਪ ਸਿੰਘ ਪਹਿਲਾਂ ਹੀ ਓਨਟਾਰੀਓ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿੱਚ ਸੀ। ਪੁਲਿਸ ਬਿਆਨ ਦੇ ਵਿੱਚ ਕਿਹਾ ਗਿਆ ਕਿ IHIT ਨੇ ਸਬੂਤਾਂ ਦੀ ਪੈਰਵੀ ਕੀਤੀ ਅਤੇ BC ਪ੍ਰੋਸੀਕਿਊਸ਼ਨ ਸਰਵਿਸ ਨੂੰ ਅਮਨਦੀਪ ਸਿੰਘ 'ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਨ ਦੇ ਦੋਸ਼ ਲਗਾਉਣ ਲਈ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਵਿੱਚ ਆਪਣਾ ਸਮਾਂ ਬ੍ਰੈਂਪਟਨ, ਓਨਟਾਰੀਓ, ਸਰੀ, ਬ੍ਰਿਟਿਸ਼ ਕੋਲੰਬੀਆ ਅਤੇ ਐਬਸਫੋਰਡ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਿਤਾ ਰਿਹਾ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਚੱਲ ਰਹੀ ਜਾਂਚ ਅਤੇ ਅਦਾਲਤੀ ਪ੍ਰਕਿਰਿਆਵਾਂ ਕਾਰਨ ਗ੍ਰਿਫਤਾਰੀ ਦੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾ ਸਕਦੇ। ਦੱਸ ਦਈਏ ਕਿ ਅਜਿਹੇ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਵੀਡੀਓ ਅਮਨਦੀਪ ਸਿੰਘ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਅਮਨਦੀਪ ਸਿੰਘ ਇੱਕ ਗੱਡੀ ਦੇ ਵਿੱਚ ਹਥਿਆਰਾਂ ਦੇ ਸਮੇਤ ਨਜ਼ਰ ਆਇਆ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਪੁਲਿਸ ਨੇ ਤਿੰਨ ਭਾਰਤੀ ਨਾਗਰਿਕਾਂ ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਐਡਮਿੰਟਨ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਤੇ ਫਸਟ ਡਿਗਰੀ ਕਤਲ ਅਤੇ ਨਿੱਜਰ ਦੀ ਮੌਤ ਵਿੱਚ ਕਤਲ ਦੀ ਸਾਜ਼ਿਸ਼ ਰਚਨ ਦੇ ਦੋਸ਼ ਲਗਾਏ ਸਨ। ਨਿੱਜਰ ਨੂੰ ਪਾਰਕਿੰਗ ਦੇ ਵਿੱਚ ਹੀ ਗੋਲੀ ਮਾਰ ਦਿੱਤੀ ਗਈ ਸੀ। ਦੱਸ ਦਈਏ ਕਿ ਫਿਲਹਾਲ ਗ੍ਰਿਫਤਾਰ ਹੋਏ ਚਾਰੇ ਕਾਤਲਾਂ ਦੀ ਉਮਰ 20-22 ਸਾਲ ਦੇ ਕਰੀਬ ਹੀ ਦੱਸੀ ਜਾ ਰਹੀ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਬੁਲਾਰੇ ਨੇ ਤੁਰੰਤ ਟਿੱਪਣੀ ਦਾ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ ਗੁਰਦੁਆਰੇ ਦੇ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਮੰਗਲਵਾਰ ਨੂੰ ਸਰੀ ਵਿੱਚ ਪ੍ਰੋਵਿੰਸ਼ੀਅਲ ਕੋਰਟ ਹਾਊਸ ਦੇ ਬਾਹਰ ਰੈਲੀ ਕੀਤੀ ਸੀ, ਜਦੋਂ ਇਸ ਕੇਸ ਵਿੱਚ ਚਾਰਜ ਕੀਤੇ ਗਏ ਤਿੰਨ ਵਿਅਕਤੀ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਸਨ। ਨਿੱਜਰ ਦੀ ਮੌਤ ਨੇ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਪੈਦਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਨੇ ਇਸ ਹੱਤਿਆ ਨੂੰ ਭਾਰਤ ਦੀ ਸਰਕਾਰ ਨਾਲ ਜੋੜਿਆ, ਜਦਕਿ ਭਾਰਤੀ ਅਧਿਕਾਰੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਨੇ। ਗ੍ਰਿਫਤਾਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਤੇ ਜਾਂਚ ਨੂੰ ਵੀ ਤੇਜ਼ ਕਰ ਦਿੱਤਾ ਹੈ, ਜਦਕਿ ਖੁਲਾਸਿਆਂ ਤੋਂ ਬਾਅਦ ਇੱਕ ਭਾਰਤ ਆਧਾਰਿਤ ਇਮੀਗ੍ਰੇਸ਼ਨ ਸਲਾਹਕਾਰ ਦੁਆਰਾ 2019 ਵਿੱਚ ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਬਰਾੜ ਨੂੰ ਇਹ ਕਹਿੰਦੇ ਹੋਏ ਵਿਖਾਇਆ ਗਿਆ ਕਿ ਉਸਦਾ ਸਟੱਡੀ ਵੀਜ਼ਾ ਆ ਗਿਆ ਹੈ, ਜਦਕਿ ਇੱਕ ਫੋਟੋ ਵਿੱਚ ਦਿਖਾਇਆ ਗਿਆ ਹੈ ਕਿ ਉਹ ਕੀ ਦਿਖਾਈ ਦਿੰਦਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਸੀ ਕਿ ਜਦੋਂ ਸ਼ੱਕੀ ਦੀ ਇਮੀਗ੍ਰੇਸ਼ਨ ਸਥਿਤੀ ਬਾਰੇ ਪੁੱਛਿਆ ਗਿਆ ਹੈ ਤਾਂ ਉਹ ਸਰਗਰਮ ਜਾਂਚ ਜਾਂ ਵਿਅਕਤੀਗਤ ਮਾਮਲਿਆਂ ਤੇ ਟਿੱਪਣੀ ਨਹੀਂ ਕਰ ਸਕਦੇ। ਹਾਲਾਂਕਿ ਇਸ ਮਾਮਲੇ ਵਿੱਚ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਂਚ ਹਜੇ ਵੀ ਚੱਲ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਮਾਮਲੇ ਵਿੱਚ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਅਮਰੀਕਾ, ਖਾਸ ਕਰਕੇ ਨਿਊਯਾਰਕ ਵਿੱਚ ਰਹਿੰਦੇ ਭਾਰਤੀਆਂ ਲਈ ਚੰਗੀ ਖਬਰ ਹੈ। ਦਰਅਸਲ ਹੁਣ ਨਿਊਯਾਰਕ ਵਿੱਚ ਸਥਿਤ ਭਾਰਤੀ ਦੂਤ ਘਰ ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ, ਪਰ ਇਹਨਾਂ ਦਿਨਾਂ ਦੌਰਾਨ ਜਦੋਂ ਛੁੱਟੀ ਹੋਵੇਗੀ ਉਦੋਂ ਕੇਵਲ ਐਮਰਜੈਂਸੀ ਕੰਮ ਹੀ ਕੀਤੇ ਜਾਣਗੇ। ਐਮਰਜੈਂਸੀ ਕੰਮਾਂ ਦਾ ਮਤਲਬ ਹੈ ਉਹ ਕੰਮ ਜਿਸ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਵਾਸਤੇ ਇਹ ਬੇਹੱਦ ਖੁਸ਼ੀ ਦੀ ਖਬਰ ਹੈ। ਨਿਊਯਾਰਕ ਵਿੱਚ ਭਾਰਤ ਦੇ ਕੰਸੂਲੇਟ ਜਰਨਲ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਭਾਰਤ ਦੀ ਯਾਤਰਾ ਵਿੱਚ ਮਦਦ ਅਤੇ ਸਹੂਲਤ ਲਈ ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲ੍ਹਾ ਰਹੇਗਾ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਨਿਊਯਾਰਕ ਵਿੱਚ ਭਾਰਤੀ ਵਣਜ ਦੂਤ ਘਰ ਨੇ ਐਮਰਜੈਂਸੀ ਲੋੜਾਂ ਲਈ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣ ਦਾ ਐਲਾਨ ਕੀਤਾ ਹੈ। ਟਵੀਟ ਕਰਕੇ ਇੱਕ ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ ਦੂਤ ਘਰ ਹੁਣ 365 ਦਿਨ ਸਾਲ ਦੇ ਵਿੱਚ ਖੁੱਲ੍ਹਾ ਰਹੇਗਾ। ਇਹ 10 ਮਈ ਤੋਂ ਛੁੱਟੀਆਂ ਦੌਰਾਨ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹੇਗਾ। ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਮਿਆਦ ਦੌਰਾਨ ਕੋਈ ਨਿਯਮਿਤ ਕੰਮ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ। ਨਿਊਯਾਰਕ 'ਚ ਰਹਿਣ ਵਾਲੇ ਭਾਰਤੀਆਂ ਲਈ ਹੁਣ ਐਮਰਜੈਂਸੀ ਲੋੜਾਂ ਲਈ ਛੁੱਟੀਆਂ ਦੌਰਾਨ ਵੀ ਦੂਤ ਘਰ ਖੁੱਲ੍ਹੇ ਰਹਿਣਗੇ। ਸ਼ੁੱਕਰਵਾਰ ਨੂੰ ਨਿਊਯਾਰਕ ਸਥਿਤ ਭਾਰਤੀ ਕੰਸੂਲੇਟ ਨੇ ਛੁੱਟੀਆਂ ਦੌਰਾਨ ਦਫ਼ਤਰ ਖੋਲ੍ਹਣ ਦੀ ਜਾਣਕਾਰੀ ਦਿੱਤੀ, ਪਰ ਇਹ ਸਿਰਫ ਐਮਰਜੈਂਸੀ ਕੰਮਾਂ ਲਈ ਹੀ ਖੁੱਲ੍ਹੇਗਾ। 10 ਮਈ ਤੋਂ ਸਾਰੀਆਂ ਛੁੱਟੀਆਂ ਵਾਲੇ ਦਿਨ ਦੂਤਾਵਾਸ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਦੀ ਵਰਤੋਂ ਕੇਵਲ ਅਤੇ ਕੇਵਲ ਐਮਰਜੈਂਸੀ ਕੰਮਾਂ ਵਾਸਤੇ ਕੀਤੀ ਜਾ ਸਕਦੀ ਹੈ। ਇਸ ਦੇ ਲਈ ਉਸਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। +1 9 1 7 8 1 5 7 0 6 6 ਜਾਂ ਫਿਰ ਪੰਜਾਬੀ ਵਿੱਚ ਦੱਸ ਦਈਏ ਤਾਂ +1 9 7 8 1 5 7 0 6 6 ਤੇ ਕਾਲ ਕਰਕੇ ਲੋੜੀਂਦੀ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦਾ ਮਕਸਦ ਉਹਨਾਂ ਕੰਮਾਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਅਗਲੇ ਦਿਨ ਤੱਕ ਟਾਲਿਆ ਨਹੀਂ ਜਾ ਸਕਦਾ। ਇਸ ਵਿੱਚ ਐਮਰਜੈਂਸੀ ਵੀਜ਼ਾ, ਐਮਰਜੈਂਸੀ ਸਰਟੀਫਿਕੇਟ ਅਤੇ ਉਸੇ ਦਿਨ ਭੇਜੇ ਗਏ ਕਿਸੇ ਦੇ ਮ੍ਰਿਤਕ ਸਰੀਰ ਦੀ ਆਵਾਜਾਈ ਲਈ ਯਾਤਰਾ ਦਸਤਾਵੇਜ਼ ਸ਼ਾਮਿਲ ਨੇ। ਕੰਸੂਲੇਟ ਨੇ ਦੱਸਿਆ ਹੈ ਕਿ ਐਮਰਜੈਂਸੀ ਵੀਜ਼ਾ ਲਈ ਐਮਰਜੈਂਸੀ ਸੇਵਾ ਫੀਸ ਲਈ ਜਾਵੇਗੀ।
ਕੱਚੇ ਕਾਮਿਆਂ ਅਤੇ ਕੱਚੇ ਨਿਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੇ ਐਲਾਨ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਦੇ ਕੱਚੇ ਕਾਮੇ ਤੇ ਕੱਚੇ ਨਿਵਾਸੀ ਨਾਰਾਜ਼ ਨਜ਼ਰ ਆ ਰਹੇ ਨੇ। ਨਿਵਾਸੀਆਂ ਨੇ ਸ਼ਾਰਲਟ ਟਾਊਨ ਵਿੱਚ ਇਮੀਗ੍ਰੇਸ਼ਨ ਨੀਤੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ, ਜੋ ਹਜੇ ਤੱਕ ਜਾਰੀ ਨੇ। ਕਾਮਿਆਂ ਨੇ ਸਹੁੰ ਖਾਧੀ ਹੈ ਕਿ ਹੱਲ ਨਾ ਨਿਕਲਣ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਹੋਈ ਵਿਖਾਈ ਦੇ ਰਹੀ ਹੈ। ਪ੍ਰਵਾਸੀਆਂ ਨੂੰ ਪ੍ਰਿੰਸ ਐਡਵਰਡ ਆਈਲੈਂਡ ਜਲਦੀ ਹੀ ਮਿਆਦ ਪੁੱਗਣ ਵਾਲੇ ਵਰਕ ਪਰਮਿਟਾਂ ਦੇ ਨਾਲ ਡਾਊਨਟਾਊਨ ਸ਼ਾਰਲਟਾਊਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਚੂਨ ਅਤੇ ਭੋਜਨ ਸੇਵਾ ਖੇਤਰਾਂ ਵਿੱਚ ਮਿਆਦ ਪੁੱਗਣ ਵਾਲੇ ਪਰਮਿਟਾਂ ਵਾਲੇ ਟਾਪੂ ਕਾਮਿਆਂ ਦੇ ਸੰਭਾਵਿਤ ਤੌਰ 'ਤੇ ਪ੍ਰੋਵਿੰਸ ਦੇ ਇਮੀਗ੍ਰੇਸ਼ਨ ਸਟੀਮਰਸ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਕਾਰਨ, ਜੋ ਕਿ ਉਸਾਰੀ ਸਿਹਤ ਸੰਭਾਲ ਅਤੇ ਬਾਲ ਸੰਭਾਲ ਕਰਮਚਾਰੀਆਂ ਨੂੰ ਤਰਜੀਹ ਦੇਣਗੇ, ਉਹਨਾਂ ਦੇ ਦਸਤਾਵੇਜ਼ਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਵੀਰਵਾਰ ਸਵੇਰੇ ਕਰੀਬ 2 ਦਰਜਨ ਲੋਕਾਂ ਨੇ ਘਰਾਂ 'ਚ ਬਣੇ ਚਿੰਨ੍ਹ ਫੜ ਕੇ ਮੀਂਹ 'ਚ ਬਾਹਰ ਨਿਕਲ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਸ਼ੁੱਕਰਵਾਰ ਦੁਪਹਿਰ ਤੱਕ ਲਗਭਗ ਸਮੂਹ ਦੇ ਵਿੱਚ 75 ਲੋਕਾਂ ਤੱਕ 3 ਗੁਣਾ ਇਹ ਵਾਧਾ ਹੋਇਆ, ਜਿਸ ਵਿੱਚ ਮਾਲਕ, ਦੋਸਤ ਅਤੇ ਆਈਲੈਂਡ ਦੇ ਕਰਮਚਾਰੀ ਸ਼ਾਮਿਲ ਹੋਏ, ਜਿਨ੍ਹਾਂ ਨੂੰ ਪਹਿਲਾਂ ਹੀ ਸਥਾਈ ਨਿਵਾਸੀ ਬਣਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਯੋਜਨਾ ਬਣਾਈ। ਹਰ ਦਿਨ ਵੀਕਐਂਡ ਸਮੇਤ ਜਦ ਤੱਕ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ, ਅਜਿਹੇ ਪ੍ਰਦਰਸ਼ਨ ਕੀਤੇ ਗਏ। ਜੈਫ ਯੰਗ, PEI ਦੇ ਨਿਰਦੇਸ਼ਕ ਇਮੀਗ੍ਰੇਸ਼ਨ ਦੇ ਦਫ਼ਤਰ ਨੇ ਸ਼ੁੱਕਰਵਾਰ ਸਵੇਰੇ ਕੁਝ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਯੰਗ ਦਾ ਕਹਿਣਾ ਸੀ ਕਿ ਅਸੀਂ ਜਾਣਦੇ ਹਾਂ ਕਿ ਇਹ ਬਹੁਤ ਸਾਰੇ ਲੋਕਾਂ ਲਈ ਮੁਸ਼ਕਲ ਸਥਿਤੀ ਹੈ, ਪਰ ਜਿਵੇਂ ਕਿ ਪ੍ਰੀਮੀਅਰ ਨੇ 22 ਫਰਵਰੀ ਨੂੰ ਘੋਸ਼ਣਾ ਕੀਤੀ ਸੀ ਕਿ ਇਮੀਗ੍ਰੇਸ਼ਨ ਉਪਾਅ ਜਿਨ੍ਹਾਂ ਦੀ ਘੋਸ਼ਣਾ ਕੀਤੀ ਗਈ ਹੈ, ਉਹ ਸਾਡੀ ਆਬਾਦੀ ਦੇ ਵਾਧੇ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਵਿੱਚ ਨੇ। ਯੰਗ ਨੇ ਕਿਹਾ ਕਿ ਸਿਹਤ ਸੰਭਾਲ, ਬਾਲ ਸੰਭਾਲ ਅਤੇ ਉਸਾਰੀ ਦਾ ਤਜਰਬਾ ਰੱਖਣ ਵਾਲੇ ਲੋਕਾਂ ਲਈ ਸਥਾਈ ਨਿਵਾਸ ਲਈ ਇੱਕ ਤੇਜ਼ ਟਰੈਕ ਦੀ ਪੇਸ਼ਕਸ਼ 'ਤੇ ਧਿਆਨ ਕੇਂਦਰਿਤ ਕਰਨ ਲਈ ਤਬਦੀਲੀ ਸੇਵਾ ਖੇਤਰ ਦੇ ਕਰਮਚਾਰੀਆਂ ਨੂੰ ਪਰਮਿਟ ਪ੍ਰਾਪਤ ਕਰਨ ਤੋਂ ਪੂਰੀ ਤਰ੍ਹਾਂ ਖਤਮ ਨਹੀਂ ਕਰੇਗੀ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਲਗਭਗ 2,15,220 ਨੇ ਜੋ ਇਸ ਸਾਲ ਵਿਕਰੀ ਅਤੇ ਸੇਵਾ ਖੇਤਰ ਨੂੰ ਅਲੋਟ ਕੀਤੇ ਗਏ ਨੇ, ਪਰ ਉਹਨਾਂ ਕਿਹਾ ਹੈ ਕਿ ਇਹ ਪਿਛਲੇ ਸਾਲਾਂ ਨਾਲੋਂ ਇੱਕ ਮਹੱਤਵਪੂਰਨ ਕਮੀ ਹੈ, ਜਦੋਂ 700 ਤੋਂ 800 ਸੇਵਾ ਖੇਤਰ ਦੇ ਕਰਮਚਾਰੀਆਂ ਨੂੰ ਸਾਲਾਨਾ ਵਰਕ ਪਰਮਿਟ ਦਿੱਤਾ ਜਾਂਦਾ ਸੀ, ਜਿਸ ਨਾਲ ਉਹ ਕੈਨੇਡੀਅਨ ਤਜਰਬਾ ਹਾਸਲ ਕਰ ਸਕਦੇ ਨੇ ਅਤੇ ਅੰਤ ਵਿੱਚ ਸਥਾਈ ਨਿਵਾਸੀ ਰੁਤਬੇ ਲਈ ਸੰਘੀ ਸਰਕਾਰ ਕੋਲ ਅਰਜ਼ੀ ਦਿੰਦੇ ਨੇ। ਇਸ ਸਾਲ ਸੂਬੇ ਦੇ ਪ੍ਰਿੰਸ ਐਡਵਰਡ ਆਈਲੈਂਡ ਸਥਾਈ ਨਿਵਾਸ ਦੇ ਮਾਰਗ ਲਈ ਸਿਰਫ 1600 ਤੋਂ ਘੱਟ ਲੋਕਾਂ ਨੂੰ ਨਾਮਜ਼ਦ ਕਰੇਗਾ, ਜੋ ਕਿ ਪਿਛਲੇ ਸਾਲ ਲਗਭਗ 2100 ਤੋਂ ਘੱਟ ਹੈ, ਪਰ 2015 ਦੀ ਸੰਖਿਆ ਦੇ ਸਮਾਨ ਹੈ। ਕੁੱਲ ਮਿਲਾ ਕੇ ਯੰਗ ਨੇ ਕਿਹਾ ਕਿ ਟਾਪੂ 'ਤੇ ਲਗਭਗ 11,000 ਟੈਂਪਰੇਰੀ ਰੈਜ਼ੀਡੈਂਟ ਨੇ, ਜਿਨ੍ਹਾਂ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਵਾਲੇ ਲੋਕ ਵੀ ਸ਼ਾਮਿਲ ਨੇ, ਪਰ ਉਹ ਨਹੀਂ ਜਾਣਦੇ ਕਿ ਬਦਲਾਅ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਪ੍ਰੋਵਿੰਸ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਤਬਦੀਲੀਆਂ ਸਿਰਫ ਅਸਥਾਈ ਨੇ, ਪਰ ਸਮਾਂ ਸੀਮਾ 'ਤੇ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਯੰਗ ਨੇ ਕਿਹਾ ਕਿ ਉਹਨਾਂ ਦਾ ਦਫ਼ਤਰ ਨਵੇਂ ਆਈਲੈਂਡਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਦੇ ਵਰਕ ਪਰਮਿਟ ਜਲਦੀ ਹੀ ਖਤਮ ਹੋਣ ਵਾਲੇ ਨੇ, ਜਦਕਿ ਬਹੁਤ ਸਾਰੇ ਕਰਮਚਾਰੀ ਨਵੇਂ ਨਿਯਮਾਂ ਤੋਂ ਛੋਟ ਦੇਣ ਦੀ ਮੰਗ ਕਰ ਰਹੇ ਨੇ ਜੇਕਰ ਉਹ ਪ੍ਰਿੰਸ ਐਡਵਰਡ ਆਈਲੈਂਡ ਤਬਦੀਲੀਆਂ ਦੇ ਲਾਗੂ ਹੋਣ ਤੋਂ ਪਹਿਲਾਂ। ਯੰਗ ਦਾ ਕਹਿਣਾ ਹੈ ਕਿ ਇਹ ਇੰਨਾ ਆਸਾਨ ਨਹੀਂ ਹੈ, ਕਿਉਂਕਿ ਸੀਮਿਤ ਗਿਣਤੀ ਵਿੱਚ ਨਾਮਜ਼ਦਗੀਆਂ ਨੂੰ ਪ੍ਰਾਂਤ ਵੰਡ ਸਕਦਾ ਹੈ ਉਹਨਾਂ ਕਾਮਿਆਂ ਲਈ ਜੋ ਪਹਿਲਾਂ ਹੀ
ਇੱਥੇ ਨੇ ਯੰਗ ਹੋਰ ਇਮੀਗ੍ਰੇਸ਼ਨ ਸਟਰੀਮਾਂ ਜਾਂ ਰੁਜ਼ਗਾਰ ਦੀਆਂ ਹੋਰ ਕਿਸਮਾਂ ਨੂੰ ਦੇਖਣ ਦੀ ਸਿਫਾਰਿਸ਼ ਕਰਦਾ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ 2024 ਵਿੱਚ ਕਿਸੇ ਵੀ ਪ੍ਰਾਂਤ ਜਾਂ ਖੇਤਰ ਦੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਦੀ ਵੰਡ ਨੂੰ ਘੱਟ ਨਹੀਂ ਕੀਤਾ ਅਤੇ ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ PEI ਸਰਕਾਰ ਇਸ ਬਾਰੇ ਕੋਈ ਸਵਾਲ ਪੁੱਛਦੀ ਹੈ ਕਿ ਇਹ ਇਸ ਦੀ ਵੰਡ ਜਾਂ ਨਾ ਵਰਤਣ ਦੀ ਚੋਣ ਕਿਵੇਂ ਕਰਦੀ ਹੈ। 8 ਮਈ ਨੂੰ IRCC ਨੇ ਸੂਬੇ ਦੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਅਧੀਨ ਪਛਾਣੇ ਗਏ ਸੰਭਾਵੀ ਨਾਮਜ਼ਦ ਵਿਅਕਤੀਆਂ ਲਈ ਅਸਥਾਈ ਨਿਵਾਸੀ ਰੁਤਬੇ ਨੂੰ ਵਧਾਉਣ ਦੀ ਮੈਨੀਟੋਬਾ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਕੋਲ ਵਰਕ ਪਰਮਿਟ ਨੇ ਜੋ 2024 ਵਿੱਚ ਖਤਮ ਹੋ ਜਾਣਗੇ। ਜ਼ਿਕਰ ਖਾਸ ਹੈ ਕਿ ਬੀਤੇ ਦਿਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਵੱਧਦੀ ਮਹਿੰਗਾਈ ਅਤੇ ਸਰੋਤਾਂ ਦੇ ਦਬਾਅ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਮਹਿੰਗਾਈ ਵਿੱਚ ਵੀ ਵਾਧਾ ਹੋ ਰਿਹਾ ਹੈ। ਅਜਿਹੇ ਵਿੱਚ ਅਸਥਾਈ ਕਾਮਿਆਂ ਅਤੇ ਅਸਥਾਈ ਨਿਵਾਸੀਆਂ ਦੇ ਵਿੱਚ ਕਟੌਤੀ ਕਰਨ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਕੁਝ ਥਾਵਾਂ 'ਤੇ ਅਸਥਾਈ ਕਾਮਿਆਂ ਅਤੇ ਅਸਥਾਈ ਨਿਵਾਸੀਆਂ ਦੇ ਵਿੱਚ ਚਿੰਤਾ ਵੇਖਣ ਨੂੰ ਮਿਲੀ ਹੈ, ਜਿਸ ਦਾ ਪ੍ਰਦਰਸ਼ਨ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੇ ਸਕੈਂਡਲ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਹਰਦੀਪ ਸਿੰਘ ਨਿੱਜਲ ਕਤਲਕਾਂਡ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ। ਪੁਲਿਸ ਨੇ 22 ਸਾਲਾਂ ਅਮਨਦੀਪ ਸਿੰਘ ਨੂੰ ਦੱਸਿਆ ਫਸਟ ਡਿਗਰੀ ਕਤਲ ਦਾ ਦੋਸ਼ੀ। ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ ਨਿਊਯਾਰਕ 'ਚ ਸਥਿਤ ਭਾਰਤੀ ਦੂਤਘਰ, ਛੁੱਟੀ ਵਾਲੇ ਦਿਨ ਹੋਣਗੇ ਸਿਰਫ ਐਮਰਜੈਂਸੀ ਕੰਮ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕੱਚੇ ਕਾਮਿਆਂ ਅਤੇ ਨਿਵਾਸੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ, ਹੱਲ ਨਾ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਖਾਧੀ ਸਹੁੰ। ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।